ਖਾਲੜਾ ਨਹਿਰ ਵਿੱਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਥਾਣਾ ਖਾਲੜਾ ਦੇ ਨਜ਼ਦੀਕ ਪੈਂਦੀ ਸੈਕਿੰਡ ਡਿਫੈਂਸ ਨਹਿਰ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਖਾਲੜਾ ਦੇ SHO ਨਰਿੰਦਰ ਸਿੰਘ ਢੋਟੀ ਸਮੇਤ ਸਬ ਡਿਵੀਜ਼ਨ ਭਿੱਖੀਵਿੰਡ ਦੇ DSP ਤਰਸੇਮ ਸਿੰਘ ਮੌਕੇ 'ਤੇ ਪਹੁੰਚੇ। ਉੱਥੇ ਹੀ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਬ ਡਿਵੀਜ਼ਨ ਭਿੱਖੀਵਿੰਡ ਦੇ DSP ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਖਾਲੜਾ ਦੀ ਸੈਕਿੰਡ ਡਿਫੈਂਸ ਨਹਿਰ ਵਿੱਚ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਰੁੜ ਕੇ ਆਈ ਹੈ। DSP ਨੇ ਕਿਹਾ ਕਿ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਲਾਸ਼ ਜ਼ਿਆਦਾ ਗਲੀ ਸੜੀ ਹੋਣ ਕਰਕੇ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹਾਂਜੀ ਸਰ, ਥਾਣਾ ਖਾਲੜਾ ਦੇ ਨਜ਼ਦੀਕ ਸੈਕਿੰਡ ਡਿਫੈਂਸ ਡਰੈਣ ਪੈਂਦੀ ਆ, ਉਹਦੇ ਨਹਿਰ ਦੇ ਵਿੱਚ ਇੱਕ ਰੁੜ ਕੇ ਡੈੱਡ ਬੋਡੀ ਆਈ ਹੈ, ਕੀ ਮਾਮਲਾ ਸਰ? ਮਾਮਲਾ ਨਹਿਰ ਪੁਰਾਣੀਆਂ ਪਿੱਛੋਂ ਹੁੰਦੀਆਂ, ਡੈੱਡ ਬੋਡੀਆਂ ਪਈਆਂ, ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਵਾ ਇਹ ਪੋਲਿਆ ਇਹਦੇ ਥੱਲੇ ਕੋਈ ਫਸ ਜਾਂਦੀ ਆ। ਡੈੱਡ ਬੋਡੀ ਪੁਰਾਣੀ ਆ, ਇਹਦਾ ਤਸਦੀਕ ਕਰਦੇ ਹਾਂ, ਪਿੱਛੋਂ ਮੈਸੇਜ ਕਰਾਉਂਦੇ ਹਾਂ ਸਾਰੇ ਕੰਟਰੋਲ ਰੂਮ 'ਤੇ, ਜੇ ਕਿਸੇ ਦੀ ਹੋਏਗੀ ਤਾਂ ਪਤਾ ਲੱਗ ਜਾਏਗਾ। ਫਿਰ 174 ਦੀ ਕਾਰਵਾਈ ਕਰਦੇ ਹਾਂ, 72 ਘੰਟੇ ਰੱਖਦੇ ਹਾਂ ਉੱਥੇ, ਜੇ ਕੋਈ ਸ਼ਨਾਖਤ ਕਰ ਲੂਗਾ ਫਿਰ ਉਹਦੇ ਕਰਕੇ ਅਤੇ ਫਿਰ ਜੋ ਵੀ ਕਾਰਵਾਈ ਅਮਲ 'ਚ ਲੈਂਦੀ ਜਾਵੇਗੀ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।